ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਣੇ ਹੋਏ ਹੋ ਰੋਜ਼ਾਨਾ ਟਾਈਮਸ ਦੇ ਨਾਲ। ਮੈਂ ਤਰਨਦੀਪ ਸਿੰਘ। ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ 29 ਮਈ ਨੂੰ ਕਤਲ ਕਰ ਦਿੱਤਾ ਸੀ ਔਰ ਅੱਜ ਐਤਵਾਰ ਦਾ ਦਿਨ ਹੈ ਔਰ ਪਰਿਵਾਰ ਨੇ ਇੱਕ ਫਿਰ ਸਰਕਾਰ ਨੂੰ ਅਪੀਲ ਕੀਤੀ ਆ ਕਿ ਜੇ ਸਾਡੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਇਨਸਾਫ ਦੇ ਲਈ ਧਰਨੇ ਪ੍ਰਦਰਸ਼ਨ ਕਰਾਂਗੇ। ਕਿਉਂਕਿ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆਂ ਤੋਂ ਗਿਆ ਨੂੰ ਔਰ ਜਸਟਿਸ ਲਈ ਜਦੋਂ ਜਿਹੜਾ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣੇ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜ੍ਹਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਹੈ। ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਦੇ ਤਬਾਦਲੇ ਹੋਏ ਨੇ, ਪੁਲਿਸ ਅਫਸਰ ਇੱਧਰੋਂ 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 ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ ਅੱਜ ਜਿਹੜੀ ਆਪਣੀ ਬੁਹਾਰ ਹੈ ਉਹ ਹਰ ਦਰ 'ਤੇ ਲਗਾਏ ਰਹੇ ਹਾਂ। ਕੱਲ੍ਹ ਨੂੰ ਸ਼ਾਇਦ ਡੀ ਜੀ ਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ, ਫਿਰ ਕੋਸ਼ਿਸ਼ ਕਰਾਂਗੇ ਐਨ ਆਈ ਏ ਕੋਲ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰੇਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਵੀ ਨਹੀਂ, ਪਰ ਆਪਣਾ ਪਰਿਵਾਰ ਵੱਡਾ ਹੈ। ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ, ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ। ਨਹੀਂ ਤਾਂ ਕੋਈ ਰਿਸ਼ਤੇਦਾਰ ਤੇ ਨਹੀਂ ਜਾਂਦਾ ਵੀਰੋ, 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ ਹੌਲੀ ਹੌਲੀ, ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹੋ ਜਾਂਦੇ ਆ, ਕਿਸੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6-6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚੋਂ, ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰੋਪਰਟੀ ਬਣ ਗਿਆ ਸੀ, ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆਹ ਹੁਣ ਮੁੰਡਾ ਕਿ ਜੋ ਕਿ ਤੋਂ ਆਇਆ ਸੀ ਜਿਹੜਾ ਸਾਹਮਣੇ ਬੈਠਾ ਬਿਜਲੀ ਸਭਾ ਦੇ ਵਿੱਚ, ਤੇ ਲੋਕ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਅਸਮਰਥ ਹੋ ਜਾਂਦਾ, ਕਿੰਨੀ ਡਿਪਰੈਸ਼ਨ ਦੇ ਵਿੱਚ ਗਏ। ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ, ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ, ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ। ਪਰ ਕੁਛ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨੇ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ ਔਰ ਬਿੱਲਬੋਰਡ 'ਤੇ ਦਸਤਖਤ ਦਿੱਤੀ ਗਾਣੇ ਦੀ, ਦੁਨੀਆ ਭਰ 'ਚੋਂ 4th ਨੰਬਰ 'ਤੇ ਚੱਲ ਰਿਹਾ ਯਾਰ, ਕੁਛ ਤਾਂ ਹੋਏਗਾ ਫਿਰ ਕੱਢਣ ਪਾਉਣ ਦੇ। ਪਰ ਹਲੇ ਕਦੇ ਉਹਦੇ 'ਚ ਵਿਵਾਦ ਭਾਲਦੇ ਆ, ਕਦੇ ਮੁਹੰਮਦ ਸਾਹਿਬ ਦਾ ਜ਼ਿਕਰ ਕਰਕੇ ਉਹਨੂੰ ਜਿਹੜੀ ਹੈ ਸਾਡੀ ਪੁਲਿਸ ਕਮਿਊਨਿਟੀ ਹੈ ਉਹਨੂੰ ਭੜਕਾਉਂਦਾ ਵੀ ਕਿਸੇ ਤਰੀਕੇ SIR ਵਾਂਗੂ ਇਹਨੂੰ ਵੀ ਬੈਨ ਕਰਵਾ ਦਿਆ। ਫਿਰ ਉਹ ਅਸੀਂ ਇੱਕ ਸਿੱਖ ਜਰਨੈਲ ਦੀ, ਬਾਬਾ ਹਰੀ ਸਿੰਘ ਨਰੂਆ, ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ, ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ 'ਤੇ ਉਹਦਾ ਨਾਮ ਲਿਖਿਆ ਹੋਇਆ, ਉਹਨਾਂ ਦਾ ਉਹਦੀ ਇੰਨੀ ਘਾਲਣਾ ਸੀਗੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੇ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ, ਸੱਚਾਈ ਹੈ, ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ 'ਚੋਂ ਸਿੱਧੂ ਨੇ ਪੜ੍ਹੀ ਬਾਚੀ, ਉਸ ਚੀਜ਼ ਨੂੰ ਕੰਮ 'ਤੇ ਲੈ ਕੇ ਆਉਂਦਾ ਅਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰ ਲਿਆ, ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਹੈ ਦੇਣ ਸੀ। ਪਰ ਜਿਹੜੇ ਹੇਟਰ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ,
ਮੇਰੇ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ, ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਜਿਹੜੇ ਲੋਕ ਅੱਜ ਵੀ ਰਿਪੀਟ 'ਤੇ ਸੁਣਦੇ ਆ ਔਰ ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ। ਤੁਸੀਂ ਸਰੀਰਕ ਤੌਰ 'ਤੇ ਉਹਨੂੰ ਜ਼ਰੂਰ ਮਾਰ ਦਿੱਤਾ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇੱਦਾਂ ਹੀ ਗੂੰਜਦੀ ਜ਼ਰੂਰ ਰਹਿੰਦੀ ਹੋਈ ਆ। ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ, ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰਕੇ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲ ਧਮਕੀਆਂ ਤੋਂ ਇਲਾਵਾ ਕੁਛ ਨਹੀਂ, ਕਿਉਂਕਿ ਤੁਹਾਨੂੰ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਵਾਅਦਿਆਂ ਨਾਲ, ਪ੍ਰੈਸ ਦੇ ਵਾਅਦਿਆਂ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲ੍ਹਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ, ਜਿਹੜਾ ਸਾਰਾ ਯੂਥ ਇੱਧਰ ਨੂੰ ਨਾ ਹੋਵੇ, ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਦੇ ਕਹਿੰਦੇ ਨੇ, ਤਾਂ ਕਰ ਲਓ ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਵੋ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਤਾਂ ਤੁਹਾਨੂੰ ਸਖ਼ਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ ਵਾਰ ਹਰੇਕ ਸੰਡੇ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜ੍ਹਾ ਔਰ ਇਹਨਾਂ ਨਾਲ ਲੜ ਰਿਹਾ ਇਹਨਾਂ ਦੇ ਬਰਾਬਰ। ਔਰ ਤੁਸੀਂ ਇਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ। ਆਪਾਂ ਜਸਟਿਸ ਲੈ ਕੇ ਰੱਖ, ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ। ਕੁਛ ਪੂਰੀ ਫੋਰਸ ਨੂੰ ਪਤਾ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿੰਸੀਪਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵਰਗੀਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿੰਸੀਪਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਉਹ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਰੇ ਤੋਂ ਕੁਛ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆਹ ਕੱਲ੍ਹ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਕੇ, ਔਰ ਖੁਦ ਆਪ 1,00,000 ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜ ਤੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ ਨਵੇਂ ਮੁੰਡੇ, ਜਿਹੜੇ ਤਨਖਾਹ 'ਤੇ ਕੰਮ ਕਰਕੇ ਰਾਜ਼ੀ ਹੈ ਉਹਨੂੰ ਤਾਂ 9,000 ਤਾਂ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ 'ਤੇ ਤੁਰਿਆ ਫਿਰਦਾ, ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋਏ ਰਹੀ ਹੈ, ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਛ ਪਤਾ ਫਿਰ ਇਹਨੂੰ ਤੋੜ ਦਿਓ। ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ, ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖਦੇ ਕਿ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ 'ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗੁਆਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ, ਪੁਲਿਸ ਨੂੰ ਤਾਂ ਸਮਝਦੇ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਦੋਂ ਵੱਧ ਨਹੀਂ ਇਹ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨ, ਨਹੀਂ ਮਾਰੋਗੇ ਮਾਤਰ ਧਮਾਤਰ ਖੜੇ ਪਿੱਟੀ ਜਾਣਗੇ। ਜਿਹਨਾਂ ਨੂੰ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ, ਦੂਜਿਆਂ ਨੂੰ ਹਲੇ ਇਹ ਹੈ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਤਾਂ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਫੜਦਾ। ਪਰ ਵਾਰੀ ਵੀਰੋ ਜੀ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆਹ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਿਆ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ।
मैं कोई अंदाजा ला के नहीं कहना, पुलिस की एफ आई आर च दाखिल ने जिन्हों ने तलवंडी ते रामे तो 2 करोड़ इकट्ठा करके फिर भाई किसी को आई एस या दूजा बी सी एस बन की लोड़ पी जो आई रुपया इकट्ठा होंगे साडा जूथ तो पहली बार में तुरै जाता है जेडे मापिया का माड़ा मोटा हाथ पैंदा हरेक 4 पैसे ला के जवाकों बाहर कढ़ी जाते हैं। कौन रहूगा इतने? सिद्धू ने कोशिश करी सी बाहरों पैसे लाने, बाहरों पैसा कमाना, डालर कमा के देश के खजाने लेके आऊंगा। सी 2 करोड़ रुपया टैक्स आप और जानवरों तो भैड़ी जालमा ने मार दी। केड़ा मापा कहूंगा भी मेरा पुत्र इतने इंडिया की सेवा करे रह के? जे हशर सिद्धू वाला करना है कौन आऊगा इतने? ये गल्लां सरकार नूं भी देखनियां पैणगियां और साड़ी भी ज्यादा बहुत माड़ी है। असीं थोड़े चिर बाद भुल जाते हैं फिर सानू इहो जिहे बंदे जे नहीं काम करनगे फिर रिजैक्ट करने पैणगे। मैं सॉरी मैं इस पासे तां नहीं जांदा, लोग कहण लग जांदे वी इह तां 70 दे बहाने पॉलिटिक्स करन लग जांदा है, इस करके मैं वोटां दी जतन हराउण दी गल नहीं करदा किसे नूं। पर यह हकीकत है जिनी गल का जिक्र करे बिना सरदा नहीं, मैं उन्नी कि लाजमी कहना भी थानू असी लेके आए हैं। थोड़े तो सानू उम्मीदा ने, हले भी 6-7 महीने का समा हो कोई गल नहीं, हले भी संभल जो इन्हों के नत्थ पा दो। ये ना हो 5-7 महीनों में ना मैनू ए लगता भी जे इवें जिवें कम चलता रहा, जे गौरमेंट ने कोई स्टैप सख्त ना लिया तो अगले हालात बहुत खराब होने वाले ने। सारा कुछ वोटा नहीं है भरावो, असी जिंदगी भी जीनी है, असी घट पैसे ना भी सार लाँगे। पहला 5-7 किलिया ने इन्ना सोहना 7 महीने होने वाले हैं, लगातार शांतमई तरीके दे नाल इंसाफ की मांग की जा रही है। उत्थे ही सिद्धू मूसे की हवेली के एक रजिस्टर लगा है जिदे विच हैशटैग सिद्धू मूसे वाला लिखा जाता है और उस उत्ते जिहड़े नाम लिखे गए हैं 1 लाख तो ज़्यादा व्यक्ति के नाम लिखे गए हैं। जिस तों बाद हुण सिद्धू के पिता का बयान सामने आया कि 7 महीने तो ज़्यादा का वक्त हो चुके, हुण तक सानूं इंसाफ की कोई भी किरण दिख नहीं रही। इस नूं लैके जे सरकार सानूं इंसाफ नहीं दिंदी तां असीं इस शांतमई प्रदर्शन धरने प्रदर्शन तक लैके जावांगे। की कहना है सिद्धू मूसे वाले पिता का?